ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਰਾਜਨੀਤਿਕ ਲੋਕਾਂ ਦੀ ਜਿਹੜੇ ਗਿਰਗਿਟ ਵਾਂਗੂ ਰੰਗ ਬਦਲਦੇ ਨੇ ਉਹਨਾਂ ਦੀ ਕਰਤੂਤ ਦੱਸਣੀ ਹੈ। ਬੜੇ ਸੌਖੇ ਤਰੀਕੇ ਨਾਲ ਆਪ ਜੀ ਨੂੰ ਸਮਝ ਆ ਜਾਓ। ਚਾਰ ਕੁ ਬੰਦਿਆਂ ਦਾ ਮੈਂ ਜ਼ਿਕਰ ਕਰਨਾ, ਧਿਆਨ ਨਾਲ ਸੁਣਿਓ। ਇੱਕ ਤਾਂ ਜਿਹੜਾ ਦਮਦਮਾ ਸਾਹਿਬ ਦਾ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ, ਜਿਹੜਾ ਕਹਿੰਦਾ ਮੈਂ PhD ਕਰੀ ਹੋਈ ਹੈ। ਉਹ ਇੱਕ ਬਰਨਾਲੇ ਵਾਲਾ ਰਾਜਦੇਵ ਖਾਲਸਾ ਜਿਹੜਾ ਵਕੀਲ ਹੈ, ਪਹਿਲਾਂ MP ਵੀ ਰਿਹਾ। ਦੋ ਤਿੰਨ ਕੁ ਕਾਲੀਆਂ ਦੇ ਨੇ ਹੈਗੇ, ਉਹ ਸਾਹਮਣੇ ਆਏ ਗਏ, ਦਿੱਲੀ ਬੈਠੇ ਦੋ ਤਿੰਨ। ਇਹਨਾਂ ਨੇ ਨਾ ਭੇਡਾਂ ਦਾ ਬਾੜਾ ਚੇਂਜ ਕਰਨ ਵਾਸਤੇ, ਬਦਲਣ ਵਾਸਤੇ ਦੋ ਆਜੜੀ ਨਵੇਂ ਰੱਖੇ ਆ। ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦਾ, ਇੱਕ ਖਾਰਾ ਵਕੀਲ ਹੈ, ਇੱਕ ਬਰਨਾਲੇ ਵਾਲਾ ਵਕੀਲ ਰਾਜਦੇਵ ਖਾਲਸਾ। ਇਹ ਹੁਣ ਪੂਰਾ ਜ਼ੋਰ ਲਾ ਰਹੇ ਨੇ ਅੰਦਰ ਖਾਤੇ। ਅੰਮ੍ਰਿਤਪਾਲ ਦੀ ਸਹੁੰ ਚੁਕਾਉਣ ਵਾਸਤੇ ਜ਼ੋਰ ਲਾਇਆ, ਚਲੋ ਉਹ ਤਾਂ ਇੱਕ ਸੰਵਿਧਾਨਕ ਹੱਕ ਸੀ, ਉਹਨੂੰ ਸਹੁੰ ਚੁਕਾਉਣੀ ਪਈ, ਉਹ ਹੱਕ ਹੈ ਸਭ ਨੂੰ। ਹੁਣ ਇਹ ਜ਼ੋਰ ਲਾ ਰਹੇ ਨੇ ਅੰਮ੍ਰਿਤਪਾਲ ਨੂੰ ਛੇਤੀ ਰਿਹਾ ਕਰੋ, ਅੰਮ੍ਰਿਤਪਾਲ ਨੂੰ ਛੇਤੀ ਰਿਹਾ ਕਰੋ। ਉਹਦਾ ਕਾਰਨ ਪਤਾ ਕੀ ਹੈ? ਵੀ ਜਿਹੜੀਆਂ ਅੰਮ੍ਰਿਤਪਾਲ ਦੀਆਂ ਭੇਡਾਂ ਸੀ, ਉਹਨਾਂ ਭੇਡਾਂ ਨੂੰ ਅਕਾਲੀਆਂ ਦੇ ਬਾੜੇ ਵਿੱਚ ਕਿੱਦਾਂ ਲਿਆਂਦਾ ਜਾਵੇ, ਇਹ ਮਕਸਦ ਹੈ ਇਹਨਾਂ ਦਾ। ਇਹ ਉਹੀ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਅੰਮ੍ਰਿਤਪਾਲ ਨੂੰ, DGP ਸਾਹਿਬ ਨੂੰ ਕਹਿੰਦੇ ਸੀ ਨਾ ਕਿ 10 ਮਿੰਟ ਦਿਓ ਬੰਦੇ ਦਾ ਪੁੱਤ ਬਣਾ ਦਿਆਂਗੇ, ਉਹੀ ਅਕਾਲੀ ਨੇ ਇਹ, ਕੋਈ ਸ਼ੱਕ ਹੈ? ਅਤੇ ਹੁਣ ਜ਼ੋਰ ਲੱਗਾ ਪਿਆ, ਛੇਤੀ ਰਿਹਾ ਕਰੋ ਅੰਮ੍ਰਿਤਪਾਲ ਨੂੰ, ਛੇਤੀ ਰਿਹਾ ਕਰੋ ਅੰਮ੍ਰਿਤਪਾਲ ਨੂੰ। ਕਿਉਂਕਿ ਪਤਾ ਵੀ ਅੰਮ੍ਰਿਤਪਾਲ ਦੇ ਪਿੱਛੇ ਭੇਡਾਂ ਵਾਹਲੀਆਂ ਨੇ, ਖਡੂਰ ਸਾਹਿਬ ਤੋਂ ਜਿੱਤ ਗਿਆ ਉਹ, ਇਹ ਭੁਲੇਖਾ ਹੀ ਹੈ। ਇਹਨਾਂ ਨੇ ਖਡੂਰ ਸਾਹਿਬ ਦੀ ਸੀਟ ਨੂੰ ਪੰਥਕ ਪੰਥ ਕਹਿ ਕੇ ਪਹਿਲਾਂ ਉਭਾਰਿਆ। ਸਭ ਤੋਂ ਜ਼ਿਆਦਾ ਨਸ਼ਾ ਉਸ ਇਲਾਕੇ ਦੇ ਵਿੱਚ ਵਿਕਦਾ, ਅੱਜ ਵੀ ਜਾ ਕੇ ਦੇਖ ਲਓ। ਮਜੀਠੀਆ ਕਿਹੜੇ ਹਲਕੇ ਦਾ? ਮਜੀਠੀਆ ਮਾਝੇ ਤੋਂ ਹੀ, ਮਾਝੇ ਤੋਂ ਹੀ ਆਉਂਦਾ, ਮਾਝੇ ਵਿੱਚ ਹੀ ਪੈਂਦਾ ਉਹ ਖਡੂਰ ਸਾਹਿਬ, ਸੱਚਾਈ ਹੈ ਇਹ। ਚਲੋ ਕੋਈ ਨਹੀਂ, ਮਾਝੇ ਵਿੱਚ ਨਾਮ ਹੀ ਪਵੇ ਤਾਂ ਵੀ ਕੋਈ ਚੱਕਰ ਨਹੀਂ, ਪਰ ਇਹ ਤਾਂ ਸੱਚ ਹੈਗਾ ਹੀ ਹੈ ਨਾ। ਅਤੇ ਹੁਣ ਕਾਰਨ ਇਹ ਹੈ ਵੀ ਮਾਝੇ ਦੁਆਬੇ 'ਚ ਤਾਂ ਚਲੋ ਭੇਡਾਂ ਹੈਗੀਆਂ ਨੇ ਅੰਮ੍ਰਿਤਪਾਲ ਦੀਆਂ ਜ਼ਿਆਦਾ, ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਲੋਕ ਭੇਡਾਂ ਬਣਦੇ ਨੇ। ਉੱਥੇ ਬੜੇ ਸਿਆਣੇ ਲੋਕ ਵੀ ਨੇ, ਸਮਝਦਾਰ ਵੀ ਨੇ, ਅਤੇ ਹੁਣ ਇਹਨਾਂ ਨੂੰ ਇਹ ਕਾਹਲੀ ਹੋਈ ਪਈ ਆ ਵੀ ਥੋੜ੍ਹੀਆਂ ਜਿਹੀਆਂ ਭੇਡਾਂ ਮਾਲਵੇ ਦੇ ਵਿੱਚ ਵੀ ਇਕੱਠੀਆਂ ਕਰ ਲਈਏ, ਕਿਉਂਕਿ ਮਾਲਵੇ ਦੇ ਵਿੱਚ ਵੀ ਇੱਕ ਬਾੜਾ ਹੈਗਾ, ਅਜੇ ਢੀਂਡਸੇ ਵਰਗੇ ਬੈਠੇ ਇੱਥੇ।
ਹੋਰ ਵੀ ਹੈਗੇ ਦੋ ਚਾਰ ਵੀ ਇੱਕ ਵਾੜਾ ਇੱਥੇ ਬਣ ਜੇ, ਕਿਉਂਕਿ ਜਿਹੜੀਆਂ ਸਿਮਰਤ ਮਾਨ ਦੀਆਂ ਭੇਡਾਂ ਸੀ ਉਹ ਤਾਂ ਵਾੜੇ 'ਚੋਂ ਨਿਕਲ ਗਈਆਂ, ਹਰ ਗਿਆ ਸੀ ਉਹ। ਹੁਣ ਅਕਾਲੀਆਂ ਦੀ ਇੱਕ ਪੋਲਿਸੀ ਹੈ ਖਾਰੇ ਵਕੀਲ ਵਰਗਿਆਂ ਦੀ ਅਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਵਰਗਿਆਂ ਦੀ ਵੀ ਜਿੰਨੀਆਂ ਕੁ ਭੇਡਾਂ ਅੰਮ੍ਰਿਤਪਾਲ ਦੇ ਪਿੱਛੇ ਹੈਗੀਆਂ ਨੇ ਉਹਨਾਂ ਭੇਡਾਂ ਨੂੰ ਘੇਰ ਕੇ ਅੰਮ੍ਰਿਤਪਾਲ ਦੇ ਵਾੜੇ 'ਚੋਂ ਕੱਢ ਕੇ ਅਕਾਲੀਆਂ ਦੇ ਵਾੜੇ 'ਚ ਵਾੜਿਆ ਜਾਵੇ, ਇਹਨਾਂ ਦੀ ਪੋਲਿਸੀ ਚੱਲ ਰਹੀ ਆ ਹੁਣ। ਸਮਝ ਆਈ ਗੱਲ ਦੀ? ਇਹ ਮੈਂ ਬੇਨਤੀ ਤਾਂ ਕੀਤੀ ਹੈ, ਹੁਣ ਜਿੰਨੀਆਂ ਵੀ ਇੰਟਰਵਿਊ ਆ ਰਹੀਆਂ ਨੇ ਸਵਾਲ ਇਹ ਹੁੰਦਾ ਤੁਸੀਂ ਅੰਮ੍ਰਿਤਪਾਲ ਦੀ ਆਈਡੋਲੋਜੀ ਦੇ ਨਾਲ ਸਹਿਮਤ ਹੋ? ਅੰਮ੍ਰਿਤਪਾਲ ਆਜ਼ਾਦੀ ਚਾਹੁੰਦਾ ਤੁਸੀਂ ਸਹਿਮਤ ਹੋ? ਅੰਮ੍ਰਿਤਪਾਲ ਖਾਲਿਸਤਾਨ ਚਾਹੁੰਦਾ? ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਵਧੀਆ ਬਣਾਉਣਾ ਚਾਹੁੰਦਾ? ਅੰਮ੍ਰਿਤਪਾਲ ਨਸ਼ਿਆਂ ਦੀ ਨਸ਼ੇ ਛਡਾਉਣ ਦੀ ਗੱਲ ਕਰਦਾ, ਤੁਸੀਂ ਸਹਿਮਤ ਹੋ ਅੰਮ੍ਰਿਤਪਾਲ ਦੇ ਨਾਲ? ਅਤੇ ਹੁਣ ਜਿਹਨੇ MLA ਬਣਨਾ, ਜਿਹਨੂੰ ਆਸ ਹੋਵੇ ਮੈਂ MLA ਬਣ ਸਕਦਾ, ਉਹ ਕਿਉਂ ਕਹੂਗਾ ਵੀ ਮੈਂ ਅੰਮ੍ਰਿਤਪਾਲ ਦੇ ਖਿਲਾਫ਼ ਹਾਂ? ਉਹ ਤਾਂ ਇਹ ਕਹੂਗਾ ਵੀ ਹਾਂ ਅਸੀਂ ਅੰਮ੍ਰਿਤਪਾਲ ਦੇ ਨਾਲ ਹਾਂ। ਹੁਣ ਤੁਸੀਂ ਇਹ ਸਾਰਾ ਕੁਝ ਸਮਝ ਜਿਓ ਜੋ ਕੁਝ ਹੋ ਰਿਹਾ। ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋਗੇ, ਬਾਦਲ ਪਰਿਵਾਰ ਦੀ ਗੱਲ ਕਰੋਗੇ, ਸਿਮਰਜੀਤ ਮਾਨ ਦੀ ਗੱਲ ਕਰੋਗੇ, ਇਹਨਾਂ ਬੰਦਿਆਂ ਨੇ, ਇਹਨਾਂ ਪਰਿਵਾਰਾਂ ਨੇ ਜਿੰਨਾ ਪੰਜਾਬ ਨੂੰ ਬਰਬਾਦ ਕੀਤਾ ਕੋਈ ਨਹੀਂ ਕਰ ਸਕਦਾ। ਅਤੇ ਇਹਨਾਂ ਦੇ ਕੋਲ IT ਸੈੱਲ ਜਾਂ ਕਹਿ ਲਈਏ ਵਧੀਆ ਸਲਾਹਕਾਰ ਤਨਖਾਹਾਂ 'ਤੇ ਜਿਹੜੇ ਰੱਖੇ ਹੋਏ ਨੇ, ਜਿਹੜੇ ਪਹਿਲਾਂ ਆਜੜੀ ਤਿਆਰ ਕਰਦੇ ਨੇ ਭੇਡਾਂ ਨੂੰ ਚਾਰਨ ਵਾਸਤੇ, ਅਤੇ ਫਿਰ ਭੇਡਾਂ ਦਾ ਬਾੜਾ ਭੇਡਾਂ ਦੀ ਗਿਣਤੀ ਦੇ ਮੁਤਾਬਕ ਵੱਡਾ ਕਿਵੇਂ ਕਰਨਾ, ਛੋਟਾ ਕਿਵੇਂ ਕਰਨਾ, ਉਹ ਸਾਰਾ ਕੁਛ ਇਹਨਾਂ ਕੋਲ ਹੈਗਾ। ਅਤੇ ਹੁਣ ਇਹੀ ਸਭ ਕੁਝ ਚੱਲ ਰਿਹਾ। ਹੁਣ ਅੰਮ੍ਰਿਤਪਾਲ ਨੂੰ ਬਾੜ ਕਢਾਉਣ ਦੀ ਯਾਨੀ ਕਿ ਰਿਹਾ ਕਰਾਉਣ ਦੀ ਜਿਹੜੀ ਕਾਹਲੀ ਹੈ ਉਹ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦਮਦਮਾ ਸਾਹਿਬ ਦੇ ਵਕੀਲ ਖਾਰੇ ਵਰਗੇ, ਰਾਜਦੇਵ ਵਰਗੇ, ਦਿੱਲੀ ਵਾਲੇ ਕੁਝ ਸ਼ਰਨੇ ਸੋਨੇ ਇਹ ਸਾਰੇ ਲੱਗੇ ਹੋਏ ਆ, ਅਤੇ ਪਰ ਪੰਜਾਬ ਦੇ ਲੋਕ ਬਚੋ ਇਹਨਾਂ ਤੋਂ। ਪਹਿਲਾਂ ਕਿੰਨਾ ਪੰਜਾਬ ਦਾ ਸਵਾਰਤਾ ਇਹਨਾਂ ਨੇ ਅਤੇ ਹੁਣ ਕਿੰਨਾ ਕੁ ਸਵਾਰ ਦੇਣਗੇ? ਇਹਨਾਂ ਕੋਲ ਲੁੱਟ ਘਸੁੱਟ ਦਾ ਬਹੁਤ ਕੁਝ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।